ਪੁਰਾਣੀ ਰੰਜਿਸ਼ ਨੂੰ ਲੈ ਕੇ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਦੇ ਉੱਤੇ ਹਮਲਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਹਥਿਆਰਾਂ ਦੇ ਨਾਲ ਲੈਸ ਹੋ ਕੇ ਇਹ ਬਦਮਾਸ਼ ਆਏ ਸੀ ਅਤੇ ਇੱਕ ਨੌਜਵਾਨ ਦੇ ਉੱਤੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਣਾ ਸੀ, ਪਰ ਕਿਹਾ ਜਾ ਰਿਹਾ ਕਿ ਸਮਾਂ ਰਹਿੰਦੇ ਹੀ ਨੌਜਵਾਨ ਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਅਤੇ ਜਿਸ ਦੇ ਕਾਰਨ ਉਸਦਾ ਵੱਡਾ ਬਚਾਅ ਹੋਇਆ। ਹਾਲਾਂਕਿ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਬਦਮਾਸ਼ ਜੋ ਨੇ ਉਹ ਹਥਿਆਰਾਂ ਦੇ ਨਾਲ ਲੈਸ ਹੋ ਕੇ ਗਲੀ ਦੇ ਵਿੱਚ ਘੁੰਮਦੇ ਦਿਖਾਈ ਦੇ ਰਹੇ ਨੇ। ਹਾਲਾਂਕਿ ਇਹੀ ਨਹੀਂ ਕਿਹਾ ਜਾ ਰਿਹਾ ਕਿ ਜਦੋਂ ਨੌਜਵਾਨ ਨੇ ਆਪਣਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਇੱਟਾਂ ਰੋੜਿਆਂ ਦੇ ਨਾਲ ਉਸ ਘਰ ਦੇ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਇਸ ਦੀ ਵੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਿ 3 ਮਹੀਨੇ ਪਹਿਲਾਂ ਦੀ ਰੰਜਿਸ਼ ਨੂੰ ਲੈ ਕੇ ਇਹ ਹਮਲਾ ਕੀਤਾ ਗਿਆ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਵੀ ਕਈ ਵਾਰ ਫੋਨ ਕੀਤਾ ਪਰ ਮੌਕੇ ਦੇ ਉੱਤੇ ਪੁਲਿਸ ਦਾ ਕੋਈ ਵੀ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ ਅਤੇ ਗਲੀ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ। ਤਾਂ ਫਿਲਹਾਲ ਹੁਣ ਮੌਕੇ 'ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ। ਅਸੀਂ ਤਾਂ ਇਕੱਲੇ ਘਰ ਬੈਠੇ ਆਰਾਮ ਨਾਲ ਆਪਣਾ ਟੀ ਵੀ ਵੇਖਣ ਦੇ ਸੀ ਅਤੇ ਇਹ 35-40 ਜਣੇ ਆਏ, ਇਹਨਾਂ ਨੇ ਸਾਡਾ ਦਰਵਾਜ਼ਾ ਖੜਕਾਇਆ ਅਤੇ ਗਾਲਾਂ ਕੱਢਣੀਆਂ ਚਾਲੂ ਕਰਤੀਆਂ। ਬੂਹਾ ਭੰਨੀ ਗਏ, ਮੈਂ ਕਿਹਾ ਪਤਾ ਨਹੀਂ ਕੌਣ ਆਇਆ। ਮੈਂ ਫਟਾਫਟ ਉੱਪਰ ਚਲ ਗਈ ਕੋਠੇ ਦੇ, ਉੱਪਰੋਂ ਜਾ ਕੇ ਵੇਖਿਆ ਇਹਨਾਂ ਨੇ ਸਾਰਿਆਂ ਨੇ ਕਿਰਪਾਨਾਂ ਪਿਸਤੌਲਾਂ ਫੜੀਆਂ ਹੋਈਆਂ, ਅਸੀਂ ਦਾਤਰ ਦੂਤਰ ਜਿਹੇ ਫੜੇ ਸੀ ਅਤੇ ਇੱਟਾਂ ਰੋੜੇ ਇਹਨਾਂ ਨੇ ਕਾਫੀ ਚਲਾਏ ਅਤੇ ਸਾਨੂੰ ਧਮਕੀ ਮਾਰ ਕੇ ਗਏ। ਛੋਟਾ ਮੁੰਡਾ ਸਾਡਾ ਕਦੀ ਕਿਸੇ ਨਾਲ ਅੱਜ ਤੱਕ ਕਦੀ ਲੜਿਆ ਨਹੀਂ, ਝਗੜਿਆ ਨਹੀਂ, ਕਹਿੰਦੇ ਇਹਨੂੰ ਅਸੀਂ ਮਾਰ ਦੇਣਾ। ਉਹ ਬਾ ਐਵੇਂ ਨਜਾਇਜ਼ ਹੀ, ਉਹ ਤਾਂ ਕਿਸੇ ਗੱਲ 'ਚ ਵੀ ਨਹੀਂ ਹੈਗਾ ਬੱਚਾ ਸਾਡਾ, ਉਹ ਕੋਠੇ 'ਤੇ ਬੈਠਾ, ਉਹ ਕੰਮ 'ਤੇ ਜਾਂਦਾ ਬੱਚਾ, ਕੱਲ੍ਹ ਨੂੰ ਉਹਨੂੰ ਕੋਈ 19-21 ਹਜੇ ਤਾਂ ਫੇਲ। ਪੁਲਿਸ ਨੂੰ ਅਸੀਂ 181 ਨੰਬਰ 'ਤੇ ਇੰਨਾ ਫੋਨ ਕੀਤਾ ਵਾ, ਇੰਨਾ ਫੋਨ ਕੀਤਾ, ਉਹਨਾਂ ਨੇ ਇੱਕ ਫੋਨ ਨਹੀਂ ਚੁੱਕਿਆ। ਪੁਲਿਸ ਉਦੋਂ ਆਉਂਦੀ ਜਦੋਂ ਕੋਈ ਮਰ ਮੁੱਕ ਜਾਂਦਾ, ਜੇ ਇੱਥੇ ਕੁਛ ਹੋ ਜਾਂਦਾ। ਉੱਥੇ ਵੇਖਿਆ ਸੀ ਕਿੰਨੀ ਬੋਤਲ ਚੱਲੀ ਆ, ਕਿੰਨਾ ਇਹਨਾਂ ਨੇ ਬੁਰਾ ਹਾਲ ਕੀਤਾ ਗਲੀ ਮੁਹੱਲੇ 'ਚ, ਕੋਈ ਹਿਸਾਬ ਨਹੀਂ। ਇਹ 2-3 ਮਹੀਨੇ ਪਹਿਲੇ ਦੀ ਰੰਜਿਸ਼ ਹੈਗੀ ਇਹਨਾਂ ਦੀ, ਇੱਕ ਦੂਜੇ ਨੂੰ ਆਪਸ 'ਚ ਕੁੱਟਿਆ ਇਹਨਾਂ ਨੇ। ਪੀਤੇ ਪਹਿਲੇ ਸਾਡੇ ਮੁੰਡੇ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਾਰਿਆ, ਉਹਦਾ ਲਹੂਓ ਲਵਾਨ ਉਹਦਾ ਸਿਰ ਸੁਰ ਪਾੜਿਆ ਸੀ ਇੰਨਾ ਜ਼ਿਆਦਾ। ਅਤੇ ਇੱਕ ਕੋਈ ਵੱਡਾ ਮਾਝਾ ਕਰਦੇ, ਸਾਨੂੰ ਵੀ ਪਤਾ ਨਹੀਂ ਕੌਣ ਉਹ ਬੰਦ ਸ਼ਖਸ ਹੈਗਾ ਵਾ, ਉਹਦੇ ਕੀ ਹੈ। ਅਤੇ ਇਹਨਾਂ ਨੇ ਰਾਜ਼ੀਨਾਮਾ ਆਪੇ ਹੀ ਉਹਨੇ ਫੋਨਾਂ 'ਤੇ ਕਰਾ ਕੇ ਆਪੇ ਹੀ ਉਹ ਪੈਸੇ ਬੂਹੇ ਖਾ ਗਿਆ, ਮੁੜ ਕੇ ਕੋਈ ਗੱਲ ਨਹੀਂ ਹੋਈ। ਅਤੇ ਬਾਅਦ ਵਿੱਚ ਇਹਨੂੰ ਅੱਜ ਉਹ ਦਿਖਿਆ ਅਤੇ ਇਹਨੇ ਹੀ ਕੁੱਟਿਆ ਵਾ, ਅਤੇ ਮੁੜ ਕੇ ਪਰ ਜੇ ਕੁੱਟਿਆ ਵਾ ਅਤੇ ਬਾਰ ਬਾਰ ਗੱਲ ਕਰਨਾ, ਅਤੇ ਜਨਾਨੀਆਂ ਨੂੰ ਕੀ ਮਤਲਬ ਆ ਕੇ ਤੰਗ ਕਰਨ ਦਾ, ਸਾਨੂੰ ਇੰਨਾ ਸਾਡਾ ਇੰਨਾ ਬੁਰਾ ਹਾਲ ਕੀਤਾ। ਪੁਲਿਸ ਨੂੰ ਅਸੀਂ ਹੁਣ ਆਪ ਜਾ ਕੇ ਲੈ ਕੇ ਆਏ ਹਾਂ, ਪੁਲਿਸ ਨੂੰ ਫੋਨ ਕਰ ਕਰ ਮਰ ਗਏ, ਕੋਈ ਪੁਲਿਸ ਵਾਲਾ ਨਹੀਂ ਆਇਆ। ਪੁਲਿਸ ਉਦੋਂ ਆਉਂਦੀ ਹੈ ਜਦੋਂ ਕੁਛ ਹੋ ਜਾਂਦਾ ਵਾ। ਸਾਨੂੰ ਇਹ ਸਾਨੂੰ ਨਿਆਏ ਚਾਹੀਦਾ, ਸਾਡੇ ਬੱਚਿਆਂ ਨੂੰ ਖਤਰਾ ਵਾ ਉਹਨਾਂ ਤੋਂ ਦੋਵਾਂ ਨੂੰ, ਜੇ ਉਹਨਾਂ ਨੇ ਸਾਡੇ ਬੱਚੇ ਨੂੰ ਕੁਛ ਹੋ ਗਿਆ ਤਾਂ ਫਿਰ ਕੌਣ ਜ਼ਿੰਮੇਵਾਰ ਆ ਭਾਈ। ਜੇ ਸਾਡੇ ਬੱਚੇ ਦੋਵਾਂ ਦੇ ਵਿੱਚੋਂ ਦੋਵਾਂ ਨੂੰ ਕੁਛ ਹੋ ਗਿਆ ਨਾ, ਤਾਂ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਨਾ ਇਹ ਜ਼ਿੰਮੇਵਾਰ ਹੋਏਗੀ, ਕਿਉਂਕਿ ਇਹਨਾਂ ਨੂੰ ਅਸੀਂ ਇੰਨਾ ਫੋਨ ਕੀਤਾ, ਇੱਥੇ ਸਾਰਾ ਮੁਹੱਲਾ ਇਕੱਠਾ ਹੋਇਆ, ਇੰਨੀ ਬੋਤਲ ਚੱਲਣ ਦੀ ਸੀ ਕਿ ਕੋਈ ਅੱਗੇ ਨਹੀਂ ਆਉਣ ਦਿਆ, ਪਰ ਪੁਲਿਸ ਨੇ ਇੱਕ ਫੋਨ ਨਹੀਂ ਚੁੱਕਿਆ ਅਤੇ ਨਾ ਅੱਗੇ ਆਈ ਹੈ। ਅਸੀਂ ਅੱਗੇ ਉੱਥੇ ਕੰਪਲੇਂਟ ਲੈ ਗਏ ਅਤੇ ਉਹਨੂੰ ਇੱਕ ਬੰਦੇ ਨੂੰ ਇੱਥੇ ਲੈ ਕੇ ਆਏ ਹਾਂ। ਜਾਂਦਾ ਤਾਂ ਫਿਰ ਕੀ, ਮੇਰੇ ਕੋਲ ਖਲੋਤਾਂ ਤਾਂ ਹੀ ਜਾਂਦਾ ਪਿਆ, ਇੰਨੀ ਜ਼ੋਰ ਦੀ ਆਵਾਜ਼ ਆਈ ਜਿਸ ਤਰ੍ਹਾਂ ਬੰਬ ਚੱਲਿਆ ਹੁੰਦਾ। ਲੰਮੇ ਪਈ ਗਈ ਸੀ ਇੱਥੇ, ਹਾਂ ਤੇ ਜਾ ਕਾਕਾ ਸੀ ਆ ਛੋਟਾ ਜਿਹਾ, ਅੱਜ ਕੰਮ ਤੇ ਨੀ ਗਿਆ, ਐਤਵਾਰ ਸੀ ਨਾ, ਤਾਂ ਕਰਕੇ ਇਹ ਤਾਂ ਵਿਚਾਰਾ ਜਾਂਦਾ ਹੀ ਨੀ। ਇਹ ਤਾਂ ਮਹੱਲੇ 'ਚ ਵੀ ਪਤਾ ਕਿਸੇ ਦੇ ਘਰ ਨੀ ਜਾਂਦਾ ਹੈਗਾ। ਹਾਂ ਹਾਂਜੀ, ਪ੍ਰਸ਼ਾਸਨ ਨੂੰ ਪੁਲਿਸ ਨੂੰ ਮੰਗ ਕੀ ਕਰਦੇ? ਸਾਡਾ ਮਤਲਬ ਆਪ ਫੈਸਲਾ ਕਰਾਓ,
ਅਸੀਂ ਸਾਡੇ ਬੱਚਿਆਂ ਨੂੰ ਕੋਈ ਐਕਸ਼ਨ ਆਵੇ, ਕੋਈ ਚੀਜ਼, ਕੋਈ ਗੱਲ ਹੋਵੇ ਤੇ ਕੱਲ ਨੂੰ ਪੁਲਿਸ ਜ਼ਿੰਮੇਵਾਰ, ਕੱਲ ਨੂੰ ਇਹ ਜ਼ਿੰਮੇਵਾਰ ਨੇ, ਤਾਂ ਕਿ ਉਹ ਜੋ ਜੇ ਉਹ ਕਰਨਗੇ ਤੇ ਉਹ ਫਿਰ ਤੁਹਾਡੀ ਜ਼ਿੰਮੇਵਾਰੀ ਹੈਗੀ।